ਨਹੀਂ ਮੈਂ ਬੋਲੀ ਪਾਉਣੀ ਹਾਂ ਪਾ ਪਾ ਨਹੀਂ ਬੋਲੀ ਪਾ ਬੇ ਸੋਹਣੀ ਦੀਪਕ ਬਣਦਾ ਮੁੰਡਿਆ ਸੋਹਣੀ ਦੀਪਕ ਬਣਦਾ ਮੁੰਡਿਆ ਸੂਟਾਂ ਨਾਲ ਮੁਲਾ ਕੇ ਬਈ ਫੰਤ ਫੰਤ ਦੇ ਪੌਣਾ ਲੀੜੇ ਹਾਏ ਤੇ ਫੰਤ ਫੰਤ ਦੇ ਪੌਣਾ ਲੀੜੇ ਸੋਹਣੀ ਬਾਹਰ ਖਵਾ ਤੂੰ ਮੇਰੇ ਮੇਰੇ ਸ਼ਿੰਦਰ ਛੋਟਾ ਨਾਮ ਆ ਜੀ ਹਾਂ ਮੇਰਾ ਹੀ ਨਾਮ ਆ तैनू थोड़ो सद्या सी मैं तैनू नहीं सद्या सी मैं त्योहार देना ओदे घर आला नाल आया ਮਰਨੇ ਤੈਨੂੰ ਉਹਦੇ ਚ ਸੱਟ ਤੂੰ ਜਿਹੜੀ ਲੋੜੀ ਜੇ ਜਲਾਵੇਂਗਾ ਹੋਰ ਓਹੋ ਸੱਜਾ ਵੀ ਨਹੀਂ ਇੱਥੇ ਆਉਣਾ ਹੈਗਾ ਤੂੰ ਮੇਰੀ ਗੱਲ ਸੁਣ ਚੱਲ ਤੂੰ ਚੱਲ ਉੱਥੇ ਬੈਠ ਅਸੇ ਮੈਂ ਪੁੱਛਦੀ ਸੀਗੀ ਹਾਏ ਤਰੋਈ ਮੁੰਡਾ ਮੜ ਜਾਊਗਾ ਗੱਚਕਾਂ ਗੁੱਚਕਾਂ ਕਿਹੜੀਆਂ ਰਹਿ ਖਵਾਈ ਦੇ ਬੜਾ ਭੁੱਖਾ ਮਾਰ ਖਵਾ ਲੈ ਤਿੰਨ ਦਿਨ ਹੋ ਗਿਆ ਰੱਟੀ ਸੱਡੀ ਨੂੰ ਹੋ ਪਹਿਲਾਂ ਉਹ ਤਾਂ ਪਾ ਦੀਏ ਚੱਲ ਪਾ ਦੀਏ ਪਹਿਲਾਂ ਉੱਥੇ ਤੂੰ ਹੀ ਚੱਲ ਚੱਲ ਲੈਉਣੇ ਲੈਉਣੇ ਮੇਰੀ ਗੱਲ ਉਹ ਰਿਹਾ ਓਏ ਉਹ ਤੈਨੂੰ ਜਮੇ ਨਹੀਂ ਪਤਾ ਓਏ ਪੜਦੇ ਲੱਗਣਾ ਸੀ ਪੜਦੇ ਨਾ ਹੁਣ ਮੇਰੀ ਗੱਲ ਸੁਣ ਬੋਝ ਕੇ ਜਾਈ ਕੰਨ ਚ ਕਹੀ ਨਹੀਂ सरपंच बुलाई जाना चंगा जा बाजा 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 झोटिया बाजा फिर आ गया नी बुरा जा हुण की लेना है आई नु इनु आई नु सुनी जी बैठियो में आई हां ना मैं तेनू फोन ना सदी है ना चुप कर जा तेनू आई नहीं पता भी लुतरो मेरे नाल ही बैठी सी ओए लुतरो तो गल मेरी गल सुन अपन लोड़ी बनावांगे चंगा जी चंगा मेरा घर वाला ओ चुप कर उन्होंने दो दो पे गलवा के हुन टैट कर देना बे आज मेरा नाच चली जंगा ले नचूंगा चल जा जंगा फिर तू खड़े एक मिनट मैं मड़े काम जाए उधर आई किरा मेरी गल सुन बड़ा लोड़ी का सामान पवा दी जंगा मेरे ने उधर ठीक है मैं भी पवा दूंगी ओ ले ओ तू तो ले तू तो मुखी है तैनू नहीं तू ना हिली चंगा चंगा केड़ी गल कही है मेरी गौर करी ओ तो ठीक है ਵੇ ਉਹ ਕੌਣਾ ਨੀਲੇ ਜੇ ਸੂਟ ਵਾਲੀ ਕਿਹੜੀ ਹੀ ਜਿਹਨੂੰ ਤੂੰ ਪਤਾ ਨਹੀਂ ਕੀ ਜਾ ਕੇ ਕਹਿ ਰਿਹਾ ਸੀ ਉੱਥੇ ਓਏ ਉਹ ਤਾਂ ਮੈਨੂੰ ਐ ਕਹਿੰਦਾ ਸੀਗਾ ਮਗਾ ਮੜਾ ਧਿਆਨ ਰੱਖਿਓ ਚੰਗਾ ਬਾਲਾ ਨਾ ਉਹਦੇ ਲਵੇ ਲਵੇ ਨਾ ਲੱਗੀ ਉਹ ਲੈ ਤੇਰੇ ਤਾਂ ਗੁਣ ਦਾ ਮੱਗੇ ਸੀ ਨੂੰ ਮਲ ਮੈਨੂੰ ਤਾਂ ਬੁਲਾਉਂਦੀ ਵੀ ਨਹੀਂ ਉਹ ਮੱਛੜੀ ਜੀ ਉਹ ਮੱਛਦੀ ਹੁੰਦੇ ਨੇ ਤੇ ਹਾਂ ਮੈਂ ਸੌਣੀ ਐ ਨਾ ਜ਼ਿਆਦਾ ਤਾਂ ਚੱਲ ਚੰਗਾ ਜਾ ਹੁਣ ਮੜਾ ਜਦੋਂ ਬੁਲਾਇਆ ਮੈਂ ਉਹਦੀ ਆ ਜੀ ਚੰਗਾ ਠੀਕ ਆ ਵਿੱਚ ਘਰ ਵਾਲ ਨੂੰ ਮੈਂ ਤਾਂ ਗਰਵਾ ਦੇ ਠੀਕ ਆ ਠੀਕ ਆ
पेग ते पेग ठोकी जांदे ने पूरा ध्यान रखी कोई गल नहीं भरा तू क्यों घबराउना है मेरी कहनाती है सरपंच मैनू पता है स्कीमी ओ स्कीम ना ही आपां नू बुलाया ध्यान रखना मेरी ड्यूटी लगी है क्यों मेरी घबराउना ए ना उठ है भुलदा नहीं बड़ा रड़की है कोई गल ते इत्थे झज्जू ना भेजे मैं मेरी नहीं कहनाती है हां ध्यान रखी पूरा मेरी गल सुन हां रोई तू ध्यान ना पी कदे टाइट हो जाए इत्थे ते छंदर किते होर होवे तू किते होर ओए यार पूरी जिम्मेवारी रखनी है ओए नमकीन जा है नहीं बुरा कोई चल आप देख के ही है आया कड़क होता पता नहीं मैं कहना सी मेरी गल सुन ओ केड़ा ओए
बड़ी सही सारा प्रबंध ना तेरे करके तू उ चल आप तेरे पावे कठे चंगा आ गया मैं बोली पा दो यार कोई सरपंच था यार बोली दा तेरी पेंदी देखदा जा खड़ जा पौने तेरी बोली सरपंच ते को बोली एदा किद्दा पावा के बोली छड़ा बोली पा दो कोई सरपंच ते मांगे हौली बोल पता लग जे किस नु चल पा पागे ना बोली सोना तेरा कुत्ता मुंडिया सोना तेरा कुत्ता मुंडिया कुत्ता बढ़िया होए प्लान बनाई बैठे प्लान बनाई बैठे खावा पीवा कुछ चंगा भाई मेरी गल सुनियो बहुत बहुत थोड़ा धन्यवाद प्रोग्राम की तो मैं चलिया चंगा भाई मैं किधर जांदा यार है ओ किधर जांदा आ चलिए मगरा तो उधर है आ चलिए चल चलिए मगरा चल लिया सरपंच ओए खड़िया ओए सरपंच ओ की है ओ तेरे ही घर है तेरे ही ओ यार ये नहीं हैगा यार मेरा घर ओ और किधर रह गया मेरी गल सुन मेरी गल हां जगी सरपंच मोती का तू बिच फिर यार मेरा घर आई घर तेरा
ਮੇਰਾ ਘਰ ਇੱਧਰ ਆ ਯਾਰ ਓ ਇੱਧਰ ਕਿੱਥੇ ਆ ਆ ਘਰ ਤੇਰਾ ਮੇਰਾ ਘਰ ਇੱਧਰ ਆ ਆਏ ਮੁੜ ਕੀ ਹੈ ਓ ਕਿੱਥੇ ਓ ਜਿੱਥੇ ਸਿੰਦਰ ਰਹਿੰਦੀ ਆ ਯਾਰ ਤੇਰੀ ਓ ਪਾਣ ਨੂੰ ਸਰਪੰਚ ਆ ਮੇਰੇ ਆ ਸੋਲਿਆ ਛੱਡਿਆ ਮਕਰ ਕਟੀਨਾ ਨੂੰ ਕਟੀਨਾ ਓ ਖਮਾਰਾ ਹੋ ਜਾ ਪਰ ਸ਼ਾਲ ਗਰਮ ਸ਼ਾਲ ਸਟੋਲ ਗਰਮ ਸ਼ਾਲ ਗਰਮ ਦਿਆ ਪਸ਼ੀਨਾ ਸ਼ਾਲ ਗਰਮ ਸ਼ਾਲ ਦਿਆ ਸਟੋਲ ਸ਼ਾਲਾ ਸਟੋਲਾ ਦਿਆ ਗਰਮ ਸ਼ਾਲ ਦਿਆ ਗਰਮ ਸੋੜ ਦਿਆ ਪਸ਼ਮੀਨਾ ਸ਼ਾਲ ਗਰਮ ਸ਼ਾਲ ਸ਼ਾਲ ਗਰਮ ਸ਼ਾਲ ਸਟੋਲ ਗਰਮ ਸ਼ਾਲ ਗਰਮ ਦਿਆ ਗਰਮ ਸ਼ਾਲ ਦਿਆ ਸਟੋਲ ਦਿਆ ਪਸ਼ਮੀਨਾ ਸ਼ਾਲ ਗਰਮ ਸ਼ਾਲ ਸ਼ਾਲ ਹੈਗੇ ਨੇ ਗਰਮ ਹਾਂਜੀ ਹੈਗੇ ਦੀਦੀ ਦਿਖਾਇਓ ਦੇਖ ਲਓ ਜੀ ਦੀਦੀ ਅੰਦਰ ਹੀ ਆ ਜਾਓ ਚੰਗਾ ਜੀ ਦੇਖ ਲਓ ਇੱਕ ਮਿੰਟ ਰੁਕ ਜਾ ਮੈਂ ਮੰਜਾ ਡਾਲਦਾ ਕੋਈ ਨਹੀਂ ਮੰਜਾ ਡਾਲਦਾ ਲੈ ਭਰਾਵਾ ਉਰੇ ਰੱਖ ਲਾ ਥੋੜਾ ਜੀ ਦੀਦੀ ਮੰਜਾ ਆਗੇ ਕਰ ਲਓ ਨਾ ਹਮਾਰੇ ਵੀ ਸਾਈਕਲ ਵੀ ਖੜਾ ਕਰਨਾ ਹੈ ਅੱਛਾ ਇੱਧਰ ਨੂੰ ਕਰਾਂ ਹਾਂਜੀ ਹਾਂ ਲੈ ਪਰਾਵਾ ਵਧੀਆ ਸ਼ਾਲ ਦਿਖਾ ਦੀ ਪਹਿਲੀਆਂ ਚ ਦੇਖ ਮੈਂ ਪਕਾਈ ਜੀ ਤਾਂ ਨਹੀਂ ਕਰਾਉਂਦੀ ਕੋਈ ਨਹੀਂ ਦੀਦੀ ਆਪ ਦੇਖ ਲਓ ਜਦ ਆਪਕੋ ਪਸੰਦ ਆਏਗਾ ਤਾਂ ਕੋਈ ਬਾਤ ਨਹੀਂ ਇਸਮੇ ਪਹਿਲੇ ਕਿਦੋਂ ਹੀ ਕੱਢ ਕੱਢ ਕੇ ਸਿੱਟੀ ਜਾਵੇਂ ਪਹਿਲੇ ਦੀਦੀ ਇਸਮੇ ਦੇਖ ਲਓ ਜਿਵੇਂ ਆਪਕੋ ਅੱਛਾ ਲੱਗੇਗਾ ਲੈ ਲੈਣਾ ਉਹ ਦਿਖਾ ਦੇ ਜਿਹੜੇ ਅੱਜ ਕੱਲ ਚੱਲ ਰਹੇ ਪਸ਼ਮੀਨੇ ਦੇ ਪਿਓਰ ਦੇ ਦੀਦੀ ਉਹ ਤੇ ਉਹ ਵੀ ਦਿਖਾਏਗੇ ਆਪਕੋ ਪਹਿਲੇ ਤਾਂ ਇਸਮੇ ਦੇਖ ਲਓ ਕੈਸੇ ਲੱਗ ਰਹਾ ਆਪਕੋ ਇਸਮੇ ਦੇਖ ਲਓ ਉਹ ਤਾਂ ਫਿੱਕੇ ਜਿਹੇ ਨੇ ਭਰਾਵਾ ਰੰਗ ਕੋਈ ਸੋਹਣਾ ਜਿਹਾ ਦਿਖਾਣਾ ਸੋਹਣੇ ਹੁਣ ਤਾਂ ਸ਼ਾਲ ਹੈ ਮੇਰੇ ਕੋਲ ਖਿੜਮਾ ਜਿਹਾ ਰੰਗ ਦਿਖਾ ਜਿਵੇਂ ਹੁਣ ਸਿਆਲ ਆ ਉਹੀ ਗੱਲ ਹਨਾ ਤਾਂ ਗੂੜੇ ਗੂੜੇ ਰੰਗ ਜਿਹੇ ਸੋਹਣੇ ਲੱਗਦੇ ਨੇ ਨਾ ਤਾਂ ਫਿੱਕੇ ਜਿਹੇ ਨੇ ਫਿਰ ਨਿਕਾਲੋ ਇਹ ਪਿੰਕ ਵਾਲਾ ਨਹੀਂ 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 ਇਹ ਨਹੀਂ ਇਸ ਤਰ੍ਹਾਂ ਸੋਹਣਾ ਨਹੀਂ ਲੱਗਦਾ ਨਹੀਂ ਹੋਰ ਕਿਹੜਾ ਰੰਗ ਹੋਣਾ ਚਾਹੀਦਾ ਫਿਰ ਨਹੀਂ ਆ ਕੱਢੀ ਮੈਂ ਭਰਾਵਾ ਸਰਮ ਫੁੱਲਾ ਜਾ ਕਿਹੜਾ ਸਰਮ ਆ ਵਾਲਾ ਇਹ ਵਾਲਾ ਹਾਂ ਲੋ ਜੀ ਪੈਣ ਰੰਗ ਸੋਹਣਾ ਕੱਲਾ ਭਰਾਵਾ ਇਹ ਸ਼ਾਲ ਨਹੀਂ ਸੋਹਣਾਗਾ ਨਹੀਂ ਸ਼ਾਲ ਵੀ ਸੋਹਣਾ ਹੈ ਜੀ ਦੀ ਉਹਦੇ ਚ ਦਿਖਾ ਦੇ ਕੀ ਬਤਾਉ ਗਠੜੀ ਚ ਵਧੀਆ ਹੋਣਾ ਜੀ ਇਸਵੇਂ ਮਹਿੰਗਾ ਹੈ ਥੋੜਾ ਜਿਹਾ ਮਹਿੰਗਾ ਸਰਦਾਰੀ ਵਾਲਾ ਸ਼ਾਲ ਹੈ ਉਸ ਲੈ ਭਰਾਵਾ ਕੀ ਅਸੀਂ ਸਰਦਾਰ ਨਹੀਂ ਹੈਗੇ ਅਸੀਂ ਮਹਿੰਗਾ ਲੈ ਨਹੀਂ ਸਕਦੇਗੇ ਦੀਦੀ ਕਿਉਂ ਨਹੀਂ ਲੈ ਸਕਦੇ ਥੋੜਾ ਜਿਹਾ ਇਸਵੇਂ ਮਹਿੰਗਾ ਹੈ ਨਹੀਂ ਨਹੀਂ ਦਿਖਾ ਕੋਈ ਨਾ ਮਹਿੰਗਾ ਵੀ ਲਵਾਂਗੇ ਅਸੀਂ ਕਿੰਨਾ ਕ ਮਹਿੰਗਾ ਹੋਊਗਾ 2000 ਦਾ ਤਾਂ ਨਹੀਂ ਹੋਣਾ ਦੀਦੀ ਕੋਈ ਬਾਤ ਨਹੀਂ ਦੇਖ ਲਓ ਜੀ ਕਹੇ ਜੀ ਲੈਣਾ ਹੈ ਦੇਖ ਲਓ ਆ ਜਾਓ ਜੀ ਸ਼ਾਲ ਦੇਖ ਲਓ ਹਾਂ ਲੈ ਆ ਸ਼ਾਲ ਲੈਣੇ ਨੇ ਮੈਂ ਤਾਂ ਆ ਕੱਢ ਦੇ ਕੱਦੂ ਰੰਗਾ ਆ ਕੱਢ ਕੱਦੂ ਰੰਗਾ ਆ ਮਹਿੰਗਾ ਹੈ ਨਾ ਦੀਦੀ ਕਿੰਨਾ ਕ ਮਹਿੰਗਾ ਹੋਊਗਾ ਦੀਦੀ ਹੁਣ ਹੀ ਪਤਾ ਚਲੋਗਾ ਆਏ ਦੇਖਾਂ ਵਖਾਈ ਇਹ ਲੋ ਦੀਦੀ ਹਾਂ ਆ ਲੈਣਾ ਮੈਂ ਤਾਂ ਪਿਓਰ ਜੇ ਦਾ ਲੈ ਲੋ ਦੀਦੀ ਉੱਤੇ ਲੈ ਕੇ ਦੇਖ ਲਾ ਦੇਖ ਲੋ ਦੇਖ ਲੋ ਉੱਤੇ ਲੈ ਕੇ ਲੱਡੂ ਜੇ ਵੀ ਲੱਗੇ ਹੋਏ ਨੇ ਕਿੰਨੇ ਦਾ ਫੇਰ ਵੀ ਇਹ ਦੀਦੀ ਇੱਕ ਹੀ ਰੇਟ ਦੱਸਣਾ ਕਿ ਨਾ ਹਾਂ ਹਾਂ ਇੱਕ ਹੀ ਰੇਟ ਦੱਸ ਬਿਲਕੁਲ ਮਤਲਬ ਘਾਟ ਵਾ ਇਸ ਕੋ ਕੁਝ ਨਹੀਂ ਵੀ ਹੋ ਸਕਦਾ ਹਾਂ ਉਨ ਸ਼ਾਲ ਮੇ ਹੋ ਸਕਤੇ ਇਨ ਮੇ ਨਹੀਂ ਹੋ ਸਕਤੇ ਇਹ ਮਿਲੇਗਾ ਜੀ ਆਪਕੋ 850 ਕਾ ਲਾ ਭਰਾਵਾ ਤੂੰ ਵੇਚਣ ਵਾਲੀਆਂ ਗੱਲਾਂ ਕਰੋ ਇਹ ਗੱਲ ਮੈਂ ਸਾਈਂ ਤੂੰ ਸੌਲ ਪਸੰਦ ਆਇਆ ਮੈਨੂੰ ਨਹੀਂ ਦੀਦੀ ਮੈਂ ਆਪ ਦੇਖ ਨਾ ਤੇਰੀ ਨਾ ਮੇਰੀ ਹਾਂ ਰੁਪਿਆ ਲੈ ਲੈ ਤੂੰ 300 ਰੁਪਏ ਬਸ ਨਹੀਂ ਜੀ ਦੀਦੀ ਐ ਜੀ ਗੱਲ ਨਹੀਂ ਬਣੂਗਾ ਫਿਰ ਸਸਤਾ ਜੇ ਲੈ ਲਓ ਇਸਮੇ ਦੇਖ ਲਓ ਕੋਈ ਸਸਤਾ ਨਹੀਂ ਕਿਉਂ ਸਸਤਾ ਭਰਾਵਾ ਜੇ ਸਸਤੇ ਪਸੰਦ ਹੀ ਨਹੀਂ ਆਉਂਦੇ ਗੱਲ ਮੈਂ 10 ਸਾਲ ਪਸੰਦ ਆਏਗਾ ਆਪ ਲੇਗ ਨੇ ਮੈਨੂੰ ਪਤਾ ਹੈ ਤੁਸੀਂ ਲੋਗੇ ਨੇ ਐਵੇਂ ਖੜਾ ਖੜਾ ਕਿਉਂ ਨਹੀਂ ਲੈਂਦੇ ਭਰਾਵਾ ਸਾਡੇ ਕੋਲ ਕਿ ਪੈਸੇ ਨਹੀਂ ਹੈਗੇ ਉਹ ਹੀ ਗੱਲ ਸੀ ਸੌਲ ਨਹੀਂ ਲੈਂਦੇ ਕਦੇ ਨਹੀਂ ਦੀਦੀ ਪੈਸੇ ਤੇ ਹੈਗੇ ਮਗਰ ਤੂੰ ਵੇਚਣ ਵਾਲੀਆਂ ਗੱਲਾਂ ਕਰ ਰੁਪਿਆ 300 ਲੈ ਲੈ ਨਹੀਂ ਤੇਰੀ ਮਰਜ਼ੀ ਜਮ ਮੈਂ ਨਹੀਂ 300 ਵਾਲੀ ਗੱਲ ਹੀ ਨਹੀਂ ਇਸਮੇ ਜਮ ਮੈਂ ਨਹੀਂ 300 ਵਾਲੀ ਗੱਲ ਤੂੰ ਤਾਂ ਜਮੀ ਅੜ ਕੇ ਖੜ ਗਿਆ ਮੈਂ ਆਪਕੋ ਉਹ ਪਹਿਲੇ ਬੋਲਤਾ ਵਜਿਆ ਦਿਖਾ ਦੋ ਫਿਰ ਬਾਅਦ ਮੈਂ ਬੋਲਤਾ ਰੇਟ ਵੀ ਕੱਟ ਦਿੰਦਾ ਤੁਸੀਂ ਫਿਰ ਹੁਣ ਭਰਾਵਾ ਪਸੰਦ ਹੀ ਨਹੀਂ ਆਏ ਪਸੰਦ ਫਿਰ ਆਪਕੋ ਆਏਗਾ 10000 ਵਾਲਾ ਪਸੰਦ ਫਿਰ ਉਹ ਵੀ ਇਸੇ ਰੇਟ ਮੈਂ ਦੇ ਦੇਗਾ 300 ਰੇਟ ਮੈਂ ਤਾਂ ਕਿਉਂ ਦੇ ਦੂੰਗਾ ਭਰਾਵਾ ਜਦੋਂ ਉਹ ਗੱਲ ਇਹਦਾ ਰੇਟ ਬਣਾਇਆ 300 ਚ ਦੇ ਜਾ 350 ਦੇ ਜਾਣਾ ਤੇਰੀ ਨਾਲ ਵੀ ਜੰਮ ਹੀ ਨਹੀਂ ਆਏਗਾ 350 ਦਾ ਜੰਮ ਹੀ ਚੱਲ ਵੇ ਭਰਾਵਾ ਤੂੰ ਤਾਂ ਬਾਲਾ ਜਿੱਦੀਆਂ ਪਾਲਾ ਫਿਰ ਆਪਦੇ ਆ ਵੀ ਪਾਲਾ ਪਾਲੇਗਾ ਕੋਈ ਨਹੀਂ ਕੀ ਗੱਲ ਹੋ ਗਈ ਆਵਾਜ਼ ਜੀ ਮਰੀ ਜਾਂਦੀ ਮਾਂ ਸੋਲ ਤਾਂ ਲੈ ਲੋ ਕੋਈ ਗੱਲ ਨੀ ਮਹਿੰਗੀ ਬਹੁਤ ਬੋਲ ਰਹੇ ਆ ਸਰਬਜਾ ਵਾ ਮਹਿੰਗਾ ਨਹੀਂ ਦੱਸਾ ਪਹਿਲੇ ਬੋਲਤਾ ਵਧੀਆ ਦਿਖਾ ਨਾ ਸਾਨੂੰ ਮਹਿੰਗਾ ਨਾਲ ਮੈਂ ਸਰਪੰਚ ਆ ਅੱਛਾ ਹਾਂ ਤੇ ਕਿਹੜਾ ਪਸੰਦ ਆ ਦੱਸ ਮੈਨੂੰ ਤਾਂ ਆਹੀ ਪਸੰਦ ਆ ਗਈ ਅੱਛਾ ਕਿੰਨੇ ਦਾ ਹੈ ਮੈਂ ਇਸਕਾ ਬੋਲਦੇ ਫਿਕਸਡ ਇਸਕਾ 850 ਬੋਲਤਾ ਹਾਂ ਇਧਰ ਬਣਾਇਆ ਹਾਂ ਜੀ ਦੱਸ
ਬੰਦੇ ਵਾਲੀ ਗੱਲ ਕਰ ਯਾਰ ਮਾੜਾ ਜਿਹਾ ਤੂੰ ਸਮਝਿਆ ਕਰ ਆਸ਼ਕੀ ਦਾ ਮਾਮਲਾ ਮਾੜਾ ਮੋਟਾ ਘੱਟ ਵੱਧ ਕਰ ਲੈ ਕੋਈ ਨੀ ਸਰ ਜਦ ਤੁਸੀਂ ਕਹੇਂਗੇ ਕੋਈ ਗੱਲ ਨੀ ਜਿਵੇਂ ਤੁਸੀਂ ਕਹੇਂਗੇ ਉਵੇਂ ਕਰ ਲੇਂਗੇ ਚੱਲ ਫਿਰ ਮਗਰ ਸਹੀ ਸਹੀ ਹੁਣ ਮੈਂ ਕੀ ਦੱਸਾਂ ਚੰਗਾ ਹੁਣ ਖੁਸ਼ ਹੋ ਗਏ ਸਰਪੰਚ ਸਾਹਿਬ ਦੀਦੀ ਤੁਸੀਂ ਖੁਸ਼ ਹੋ ਗਏ ਚੱਲ ਵਧੀਆ ਕੀਤਾ ਨੀ ਕਿੰਨਾ ਸੋਹਣਾ ਸ਼ਾਲ 800 ਦਾ ਲੈ ਕਹਿੰਦਾ ਤਾਂ ਸੀ ਨਾਲੇ ਪੈਸੇ ਨੀ ਦਿੱਤੇ ਨੀ ਪਤਾ ਨਹੀਂ ਚੱਲ ਬਾਅਦ ਚ ਦੇ ਦੂਗਾ ਸੱਚੀ ਕਹਿੰਦੀ ਸੀ ਭੈਣੇ ਬਿੰਦਰੀ ਮਾੜਾ ਜਿਹਾ ਡਰ ਕਪੂਰ ਮਾਤਾ ਤੈਨੂੰ ਚਾਹ ਨੂੰ ਕਿਹਾ ਚਾਹ ਬਣਾ ਲਾ ਘੁੱਟ ਚਾਹ ਬਣਾਉਣੀ ਹੈ ਸਰਪੰਚ ਤੁਸੀਂ ਮੈਨੂੰ ਐਂ ਦੱਸੋ ਵੀ ਸ਼ਾਲ ਕਿਵੇਂ ਲੱਗਦਾ ਉੱਤੇ ਲੈ ਕੇ ਦਿਖਾਉਣੀ ਬਹੁਤ ਸੋਹਣਾ ਲੱਗਦਾ ਕੱਲ ਕੱਲ ਵੈਸੇ ਮੈਚਿੰਗ ਨਾਲ ਲੈਣਾ ਸੀ ਨਹੀਂ ਐ ਨਾ ਫਿੱਕਾ ਰੰਗ ਹੁਣ ਗੂੜਿਆਂ ਨਾਲ ਜਿਵੇਂ ਲਾਲ ਲੂਲ ਨਾਲ ਸਾਰੇ ਨਾਲ ਚੱਲ ਜੂਗਾ ਸੋਹਣਾ ਲੱਗਦਾ ਹੈ ਫਿਰ ਚਲ ਚੰਗਾ ਮੇਰੀ ਗੱਲ ਸੁਣ ਚਾਹ ਬਣਾ ਸੀ ਤੇ ਘੁੱਟ ਮੈਂ ਆ ਕੇ ਪੀਣਾ ਪੈਸੇ ਦੇ ਮੈਂ ਪਹਿਲਾਂ ਮੈਂ ਠੀਕ ਹੈ ਤੁਸੀਂ ਜਾਓ ਮੈਂ ਚਾਹ ਬਣਾ ਲੈਣਾ ਕੁਛ ਤਾਂ ਦੱਸ ਨਹੀਂ ਨਹੀਂ ਬਸ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੱਚੀ ਠਰਕੀ ਆ ਨੀ ਚਾਰ ਮਿੱਠੀਆਂ ਮਾਰੋ ਹੀ ਗੱਲ 800 ਦਾ ਸ਼ਾਲ ਦਵਾਤਾ ਦੇਖੀ ਚੱਲ ਘਰ ਵੀ ਐਂ ਪਵਾਇਆ ਲੈ ਬਣਾਉਣੀ ਹੈ ਤੇਰੇ ਵਾਸਤੇ ਚਾਹ ਆਹ ਲਾਦਾ ਭੈਣੇ ਕਿਤੇ ਪਤੰਗਾ ਪੈ ਜੇ ਲੈ ਜਾ ਮਾਮੇ ਤਾਂ ਵਧੀਆ ਧੁੱਪ ਜੀ ਕੱਢ ਲਏ ਤਾਂ ਵਧੀਆ ਤੜਕੇ ਵਾਲੀ ਠੰਡ ਸੀ ਲੈ ਆਹ ਉਹਨੂੰ ਕਿੰਨੀ ਵਾਰ ਕਿਹਾ ਵੀ ਰੇਟਾਂ ਬੰਦ ਕਰ ਦੇ ਮੋਟਰਸਾਈਕਲ ਲੈ ਕੇ ਰਾਤ ਵੀ ਡਿੱਗ ਜਾਣਾ ਸੀਗਾ ਉਹ ਲੈ ਜਾ ਮਾਮੇ ਤਾਂ ਸਬਜ਼ੀ ਸੁਬਜ਼ੀ ਪੁੱਛਦੀਆਂ ਬਣਾ ਲੂੰ ਟਾਈਮ ਬੇ ਕਿਵੇਂ ਸਰਪੰਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਹਾਂ ਮੂੰਹ ਜਾ ਕੀਤਾ ਪਿਆ ਉਹ ਮੈਂ ਤਾਂ ਉਹੀ ਤੈਨੂੰ ਦੇਖ ਕੇ ਹੋ ਜਾਂਦਾ ਮੈਂ ਕੁਛ ਨਹੀਂ ਬਈ ਸੀ ਹਾਂ ਅੱਛਾ ਬਈ ਸੇ ਦਾ ਮਤਲਬ ਕੀ ਗੱਲ ਬੜੀ ਮੈਚਿੰਗ ਕਰੀ ਫਿਰਦੀ ਹੈ ਨੋਚਣਾ ਬੈਠਾ ਰੋ ਮਤ ਤੋ ਹੋਰ ਨਾ ਬੇਅਤੀ ਕਰਾ ਲਈ ਹਾਂ ਬੇਅਤੀਆਂ ਤਾਂ ਹੋਰ ਹੀ ਲਾਉਂਦੇ ਨੇ ਮੇਰੀ ਗੱਲ ਸੁਣ ਲੈ ਬਚ ਕੇ ਮੈਂ ਗਿਆ ਮੈਨੂੰ ਤਾਂ ਲੱਗਦਾ ਸੀ ਹੱਡੀ ਪਸਲੀ ਵੀ ਨਹੀਂ ਥਿਉਣੀ ਤੇਰੀ ਤਾਂ ਬਾਲਾ ਕੁੱਟਿਆ ਹਨਾ ਤੈਨੂੰ ਉਹਨਾਂ ਨੇ ਹੁਣ ਤੂੰ ਮੇਰੇ ਜਗਮਾ ਤੇ ਨੂਣ ਪਾਉਣੀ ਹੈ ਸਾਨੂੰ ਕੀ ਲੋੜਾ ਨਮਕ ਭੁੱਕਣ ਦੀ ਨਾਲ ਮੇਰੀ ਗੱਲ ਸੁਣੀ ਵੇ ਇੱਕ ਗੱਲ ਆ ਪਿਆਰ ਤੂੰ ਇੰਨਾ ਕੀਤਾ ਸਿੰਦਰ ਨੂੰ ਪਰ ਬੇਗੈਰਤ ਬਣ ਗਈ ਉਹ ਛੜਾਇਆ ਤਾਂ ਕਦੇ ਨਹੀਂ ਮੈਂ ਹੁੰਦੀ ਮੈਂ ਨਹੀਂ ਸੀ ਹੱਥ ਲਾਉਣ ਦਿੰਦੀ ਨਾ ਉੱਥੀ ਸੀ ਆ ਤਾਂ ਕੀ ਉਹ ਹੁੰਦਾ ਮੈਨੂੰ ਤਾਂ ਨਾਲ ਮੇਰਾ ਕਿਹੜਾ ਆਸਕਾ ਵੀ ਮੈਂ ਛੜਾਉਂਗੀ ਬਣ ਜਾਂਦੇ ਆ ਫਿਰ ਇੱਕ ਡਿੱਗ ਗਿਆ ਨਚਲਾ ਬੈਠਾ ਨਾ ਮਰਨੇ ਦੇ ਬੂਟ ਜਾ ਲੱਗ ਕੇ ਮਰੂੰਗਾ ਤਾਂ ਇਹ ਕਰਦਾ ਹੁੰਦਾ ਤੂੰ ਕਰਦਾ ਗੱਲ ਕਰਦਾ ਗੱਲ ਕਰਦਾ ਨਾਲੇ ਹੋਰ ਆ ਜਿਹੜੀਆਂ ਪੱਗਾਂ ਪੁੱਗਾਂ ਹਨਾ ਮੂੰ ਕਹਿੰਦੀ ਤੂੰ ਮੈਚਿੰਗ ਕਰਕੇ ਉਹਦੇ ਨਾਲ ਲੈ ਕੇ ਆ ਮੇਰੇ ਨਾਲ ਕਾਦੀ ਮੈਚਿੰਗ ਤੇਰੀ ਤੂੰ ਮੇਰੀ ਗੱਲ ਸੁਣ ਤੂੰ ਹੁਣ ਮੇਰੀ ਇੱਜ਼ਤ ਕਰਦੀ ਹੈ ਕਿ ਬੇਇੱਜ਼ਤੀ ਕਰਦੀ ਬਸ ਦੋਨੇ ਕੁਛ ਲਾ ਲਾ ਹੈ ਕਹਿੰਦੀ ਸੀ ਮੈਂ ਸੌਦਾ ਜਾ ਲਿਆਉਣ ਵਾਲਾ ਪਿਆ ਸੀ ਕੋਈ ਮੇਰਾ ਸਭ ਸੌਦਾ ਸੁਦਾ ਨਾ ਬੰਦ ਹੈ ਕੋਈ ਸੌਦਾ ਨਹੀਂ ਕੁਛ ਨਹੀਂ ਕੋਈ ਗੱਲ ਨਹੀਂ ਗੱਲਾਂ ਚੋਂ ਗੱਲਾਂ ਤਾਂ ਹੋਰ ਵੀ ਨਿਕਲ ਜਾਂਦੀਆਂ ਨੇ ਮੈਂ ਕੱਢੂ ਜਿਹੜੀਆਂ ਤੂੰ ਗੱਲਾਂ ਦੱਸ ਕੁੱਟਾਲੀਆਂ ਕੁੱਟਾਲੀ ਵੈਰਨ ਵਾਲੀ ਗੱਲ ਕਿਹੜਾ ਹੋਣੀ ਨਹੀਂ ਪਿੰਡ 'ਚ ਇਹ ਤਾਂ ਜ਼ਿਆਦਾ ਮਸ਼ਹੂਰ ਹੋਊਗੀ ਕੁੱਟਤਾ ਸਰਪੰਚ ਉਹ ਤਾਂ ਸਾਰੇ ਪਿੰਡ ਨੂੰ ਪਤਾ ਤੂੰ ਕਿਹੜਾ ਲੈਦੀ ਦੱਸ ਹਾਂ ਇਹ ਤਾਂ ਗੱਲ ਗਲਤ ਆ ਬਈ ਐ ਕਟਵਾਉਣਾ ਨਹੀਂ ਚਾਹੀਦਾ ਸਿੰਦਰ ਪਿਆਰ ਕਾਦਾ ਹੋਇਆ ਜਿਹੜਾ ਆਪਦੇ ਉਹ ਨਹੀਂ ਕਟਵਾ ਗਿਆ ਉਹ ਚੱਲ ਚੰਗਾ ਜਾ ਵਗ ਜਾ ਆਹੋ ਛਾਨੀਆਂ ਕੋਟੇ ਕੋਟੇ ਪਾਲਾ ਕਰਕ ਤਨ ਮੂਣੀਆਂ ਕਰਾ ਲੈ ਵੱਡਾ ਆਸਕ ਕੁੱਟਾ ਤਾਂ ਦੇਖ ਲਾਈਆਂ ਕਰਦੀਆਂ ਕੋਟੀ ਨਹੀਂ ਪਾ ਸਕਦਾ ਭੂੰਡਾ ਉਹ ਪਤੰਗ ਚੜਾਈ ਇਹਨੇ ਘਰੇ ਬਾਜੋ ਚਾਈਨਾ ਡੋਰ ਨਾ ਵਰਤਿਆ ਕਰੋ ਹੈ ਕੁਲਵੰਤ ਓਏ ਉਹ ਸਵਾਦ ਆ ਗਿਆ ਕੁੱਟ ਕੇ ਭਰਾਵਾ ਆਪਾਂ ਨੂੰ ਤਾਂ ਨਜ਼ਾਰਾ ਆ ਗਿਆ ਉਹਨੂੰ ਪਰ ਮੈਨੂੰ ਸਵਾਦ ਨਹੀਂ ਆਇਆ ਯਾਰ ਮੈਂ ਕੁੱਟਿਆ ਤਾਂ ਬਥੇਰਾ ਪਰ ਉਹ ਗੱਲ ਨਹੀਂ ਬਣੀ ਉਹ ਚੱਲ ਕੋਈ ਨਾ ਠੰਡਾ ਕਰਕੇ ਖਾ ਹੋਰ ਵੀ ਕੁੱਟ ਲਾਂਗੇ ਹੁਣ ਇੰਨੀਆਂ ਕੁ ਲਾਤੀਆਂ ਉਹਦੇ ਹੋਰ ਲਾ ਦਾਂਗੇ ਤੂੰ ਤਾਂ ਵਾਹ ਵਾਹ ਲਾ ਗਿਆ ਤੈਨੂੰ ਤਾਂ ਸਵਾਦ ਆ ਗਿਆ ਨਾ ਉਹ ਫਿਰ ਤੈਨੂੰ ਪਤਾ ਰਹੇਗਾ ਮੱਗਰ ਤਾਂ ਮੈਂ ਲਾਈਆਂ ਤਾਂ ਬਥੇਰੀਆਂ ਸੀ ਪਰ ਉਹ ਗੱਲ ਨਹੀਂ ਬਣੀ ਚੱਲ ਕੋਈ ਗੱਲ ਨਹੀਂ ਸਭ ਹੋ ਜੂ ਹੁਣ ਮੇਰੀ ਗੱਲ ਸੁਣ ਐਡਾ ਕੰਮ ਕਰਤਾ ਮੈਂ ਤੇਰਾ ਪਾਰਟੀ ਬਣਦੀ ਹੈ ਭਰਾਵਾ ਪਾਰਟੀ ਪਾਈ ਪਈ ਆ ਫਿਰ ਕੱਢਣੀ ਪਊਗੀ ਕੱਢ ਲੈਂਦੇ ਹਾਂ ਫਿਰ ਆਪਾਂ ਨੂੰ ਕਾਹਦਾ ਡਰ ਨਾਲੇ ਹੋਰ ਹੈ ਜਦੋਂ ਕੱਢਾਂਗੇ ਤਾਂ ਹੈਗੇ ਉਹਨੂੰ ਸਰਪੰਚ ਨੂੰ ਪਿਆ ਕੇ ਨਾ ਖੇਤ ਕੁੱਟਾਂ ਦੁਬਾਰੇ ਫੇਰ ਕੁੱਟਾਂਗੇ ਹਾਂ ਹਾਂ ਬਣ ਗਈ ਗੱਲ ਚੱਲ ਫਿਰ ਖੜਾ ਹੋ ਆ ਜਾ ਚੱਲ ਫਿਰ ਤੇਰਾ ਭਲਾ ਹੋ ਜੇ ਵਿੱਚ ਹੀ ਡਿੱਗਿਆ ਤਾਂ ਡਿੱਗ ਪਿਆ ਚੱਜ ਦੀ ਜਗ੍ਹਾ ਤਾਂ ਬਿਠਾਇਆ ਆ ਜਾ ਕੋਈ ਨਾ
ਕੰਜਰਾਂ ਨੇ ਦੇਖ ਲਾ ਹੈ ਉਹਦੇ ਸਰਪੰਚ ਨੂੰ ਕਿੰਨਾ ਕੁੱਟਿਆ, ਤਰਸ ਵੀ ਨਹੀਂ ਆਇਆ ਇਹਨਾਂ ਨੂੰ। ਪਰ ਸ਼ੁਕਰ ਆ ਭਾਈ ਮੇਰੇ ਤਾਂ ਬਚਤ ਰਹਿ ਗਈ, ਕਿਤੇ ਹੋਰ ਮੈਨੂੰ ਵੀ ਕੁੱਟਣ ਲੱਗ ਜਾਂਦੇ। ਨਾਲੇ ਫਿਰ ਸਰਪੰਚ ਦਾ ਕੀ ਹੈ, ਉਹ ਤਾਂ ਬੇਸ਼ਰਮ ਹੈ। ਮਗਰਾ ਐ ਕਰ, ਆ ਪਿਆ ਕਹਾੜਾ ਤੇ ਗੁਸਤਾ ਪੰਜ ਨਾਲ ਲੱਕਣਾ, ਇੱਕ ਨਾ ਕਿੱਕਰ ਦੀ ਮੋਟੀ ਪਈ ਆ ਬਾਹਰਲੇ ਪਾਸੇ, ਠੀਕ ਆ ਉਹ ਪਾੜ ਲੈ। ਓਏ ਇਹ ਉਹੀ ਘਾੜੀ ਨਹੀਂ ਜਿਹਦੇ ਨਾਲ ਸਰਪੰਚ ਵੱਢਣਾ ਸੀ। ਉਹ ਸਰਪੰਚ ਦਾ ਨਹੀਂ ਵੱਢਿਆ, ਲੱਕੜ ਦਾ ਪਾੜ ਲਾਂਗੇ। ਚੱਲ ਠੀਕ ਆ। ਹਾਂ ਤੇ ਮੈਂ ਨਾ ਇੰਤਜ਼ਾਮ ਕਰਦਾ, ਪਤੀਲਾ ਪਤੂਲਾ ਲਾਉਣਾ ਲਵੇ। ਤੂੰ ਤਿਆਰੀ ਕਰ ਲੱਕੜਾਂ, ਮੈਂ ਹੁਣ ਤਿਆਰ ਕਰਦਾ। ਹਾਂ ਤੂੰ ਬਸ ਬਸ ਪਾ, ਤੂੰ ਦੇਖਦਾ ਜਾ ਲੱਕੜ ਪਾੜ ਸਹੀ। ਸਿੰਦਰੇ ਐ ਕਰ, ਗੇਟ ਲਾਇਆ ਨਾ ਤਾਂ ਤੂੰ ਬਾਹਰ ਜਾਣਾ ਅੱਜ, ਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦੇਣਾ। ਕਿਉਂ? ਓਏ ਕੰਮ ਕਰਦੇ ਆ ਕੋਈ, ਇਹੋ ਜਿਹਾ ਕੀ ਕੰਮ ਕਰਨ ਲੱਗੇ ਤੁਸੀਂ? ਉਹ ਦਾਰੂ ਕੱਢਾਂਗੇ। ਤੂੰ ਮੈਂ ਮਰ ਜਾ, ਇਹ ਜੇ ਪੁੱਠੇ ਕੰਮ ਨਾ ਕਰਿਆ ਕਰ, ਸਮਝ ਆਈ ਤੈਨੂੰ? ਤੂੰ ਸਿੱਧੇ ਕਰਦੀ ਐ? ਮੈਂ ਤਾਂ ਸਿੱਧੇ ਹੀ ਕੀਤੇ ਨੇ ਅੱਜ ਤੱਕ, ਜੇ ਪੁਲਿਸ ਨੂੰ ਪਤਾ ਲੱਗ ਗਿਆ ਫੇਰ ਦੱਸੂਗਾ। ਹੁਣ ਮੈਂ ਤਾਂ ਨਹੀਂ ਦੱਸਦੀ, ਮੈਨੂੰ ਕੀ ਲੋੜ ਆ ਦੱਸਣ ਦੀ? ਜੇ ਪਤਾ ਲੱਗ ਗਿਆ ਨਾ ਪੁਲਿਸ ਨੂੰ, ਦੇਖ ਲੈ ਬਣਾ ਲੂੰ ਤੈਨੂੰ, ਵੜ ਦੂੰ ਨਾਲ ਦੀ ਨਾਲ। ਮੈਂ ਕੀ ਕਰਨ ਦੱਸ ਕੇ, ਮੈਂ ਤਾਂ ਨਾਲੇ ਤੁਹਾਨੂੰ ਐਂ ਕਹਿੰਦੀ ਸੀ ਇੱਥੇ ਮੈਂ ਆਪਣੀ ਸਹੇਲੀ ਘਰ ਤੱਕ ਜਾਣਾ ਸੀਗਾ। ਚੁੱਪ ਕਰਕੇ ਬਹਿ ਜਾ, ਕਿਤੇ ਨਹੀਂ ਜਾਣਾ, ਸਮਝ ਆ ਗਈ? ਮੈਨੂੰ ਤਾਂ ਸਮਝ ਆ ਗਈ, ਪਰ ਤੂੰ ਇਹੋ ਜਿਹੇ ਚੱਜ ਨਾ ਕਰਿਆ ਕਰ, ਸਮਝ ਆ ਗਈ? ਘਰੇ ਥਾਪੜੇ ਨਾ ਖਾਲੀ, ਗੇਟ ਲਾ ਕੇ ਜਾ ਖੜੀ ਹੋ। ਵੱਡੀ ਆਈ ਪੁੱਠੇ ਕੰਮਾਂ ਨੂੰ ਮੈਨੂੰ ਮੂਹਰੇ ਕਰ ਦੂਗਾ। ਇਹ ਤਾਂ ਹੁਣ ਟਿਕ ਗਿਆ, ਕਿੰਨੀ ਲਿਆਵਾਂ ਹੈ, ਲਿਆਵਾਂ ਸਮਾਨ ਕੱਢ ਕੇ। ਬੋਲੋ ਨਾ ਜਾਈ, ਕੁੰਡ ਜਾ ਕਿੱਥੇ ਰੱਖਤਾ, ਅੰਦਰ ਹੀ ਹੋਊਗਾ। ਕਿਉਂ ਕਲਵੰਤ, ਕਰ ਲਿਆ ਤਿਆਰ? ਉਹੀ ਤਾਂ ਧਰ ਲਿਆ ਸਮਾਨ, ਕੁੰਡ ਕੰਡ ਜਾ ਲਿਆਉਣਾ ਸੀ ਮੈਂ, ਬੱਠਲ ਬੁੱਠਲ ਜਾ ਦੇਖਦਾ ਸੀਗਾ, ਪਾੜ ਵੀ ਆਇਆ ਹੋਏ ਤੂੰ ਖੁੰਡ। ਲੈ ਪਾੜ ਨਹੀਂ ਸੀ ਉਹ, ਮੈਨੂੰ ਤਾਂ ਲੱਕੜ ਜੀ ਚੋ ਸਰਪੰਚ ਦੀ ਸੀਗਾ। ਅੱਛਾ, ਮੈਂ ਤਾਂ ਵਟ ਵਟ ਮਾਰੇ ਕਹਾੜੇ। ਉਹ ਫੇਰ ਤਾਂ ਪਾਟਣਾ ਹੀ ਸੀ, ਸਾਰਾ ਗੁੱਸਾ ਉਸੇ ਦੀ ਲਾਇਆ ਆ। ਤੇ ਹੋਰ ਹੁਣ ਉਹ ਭਰਾਵਾ, ਤੂੰ ਹਾਲੇ ਤੱਕ ਸਮਾਨ ਹੀ ਨਹੀਂ ਤਿਆਰ ਕੀਤਾ। ਓਏ ਖੜ ਜਾ, ਕੁੰਡ ਲਗੋਇਆ ਪਿਆ। ਅੱਛਾ, ਕੁੰਡ ਲਿਆਉਣਾ ਚੱਕ ਕੇ ਬੱਠਲ ਲਿਆਉਣਾ, ਤੂੰ ਐਂ ਕਰ ਬਾਲਟੀ ਪਾਣੀ ਦੀ ਭਰ ਕੇ ਲਿਆ ਤੂੰ। ਉਹ ਮਹਾ 2 ਮਿੰਟਾਂ ਚ ਲਿਆਉਣਾ ਤੂੰ, ਲਿਆ ਯਾਰ ਬਸ 5 ਮਿੰਟ ਤਾਂ ਖੜ। ਮੈਂ ਤਾਂ ਆ ਗਿਆ, ਲੈ ਬਾਲਟੀ ਤਾਂ ਭਰੀ ਪਈ ਆ, ਉਈ ਕੰਮ ਤੋਂ ਟਲੀ ਜਾਂਦਾ ਰਹਿੰਦਾ, ਤੂੰ ਆ ਕੇ ਨਾ। ਮੇਰਾ ਫਲ ਕੁੰਡ ਧਰ ਕਿੱਥੇ ਦਿੱਤਾ? ਓਏ ਐਂ ਕਰੀ ਗੱਲ ਸੁਣ। ਹਾਂ ਹੈਲੋ। ਹਾਂ ਹਾਂ, ਉਹ ਲੈਚੀਆਂ ਲੂਚੀਆਂ ਹੈਗੀਆਂ ਨੇ? ਉਹ ਹੈਗੀਆਂ ਨੇ, ਹੈਗੀਆਂ ਨੇ, ਸਾਰਾ ਕੁਝ ਹੈਗਾ। ਸਮਾਨ ਪੱਕੀ ਗੱਲ ਆ? ਉਹ ਮਸਾ ਸਾਰਾ ਕੁਝ ਹੈਗਾ। ਦੱਸਦੇ ਨਹੀਂ ਤਾਂ ਮੈਂ ਬੀਹੀ 'ਚ ਹੁਣ ਫੜ ਲਿਆ ਜਾ ਕੇ। ਉਹ ਨਹੀਂ, ਸਾਰਾ ਕੁਝ ਹੈਗਾ, ਮੈਨੂੰ ਕੁੰਡ ਦਾ ਭਾਲ ਲੈਣ ਦੇ ਖਸਮਾ। ਉਹ ਲਿਆ, ਉਹ ਲੁਕੋਇਆ ਪਿਆ। ਉਹ ਲਿਆ ਭਰਾਵਾ, ਉਰੀ ਗੱਲਾਂ ਕਰੀ ਜਾਏਗਾ ਹੁਣ, ਇਹਦਾ ਵੀ ਕਰ ਬਸ। ਮੇਰਾ ਤਾਂ ਭਰਿਆ ਕਿੱਥੇ ਹੋਇਆ ਕੁੰਡ ਮੈਂ ਕਿੰਨੀ ਖੁਸ਼ ਹੋ ਜਾਏਗੀ। ਚੱਲ ਲੱਗ ਗਈ ਪੈਣੀ, ਚੀਚਾ ਜੀ।